ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾ ਪਾਈ ਵੀਰ ਸਿੰਘ ਜੀ ਦੀ ਇੱਕ ਵਾਰਤਾਲਾਪ ਆਪ ਜੀ ਨੂੰ ਸਰਵਣ ਕਰਾਇਆ ਰਿਹਾ ਸਾਂ ਜਿਸ ਵਿੱਚ ਇੱਕ ਸਿੰਧੀ ਸਿੱਖ ਨੂੰ ਗੁਰੂ ਅਰਜਨ ਦੇਵ ਜੀ ਨੇ ਕੁਝ ਹੋਰ ਉਪਦੇਸ਼ ਦਿੱਤਾ ਸੀ ਤੇ ਕਥਾ ਵਿੱਚ ਉਸਨੇ ਕੋਈ ਹੋਰ ਉਪਦੇਸ਼ ਸੁਨੇ ਆ ਇਸ ਕਰਕੇ ਉਸ ਨੂੰ ਦਿਲਗੀਰੀ ਆ ਗਈ ਤੇ ਆਪਣੀ ਇਸ ਦਿਲਗੀਰੀ ਦਾ ਦਾਰੂ ਕਰਨ ਲਈ ਉਹ ਸਾਈਂ ਦਾਸ ਜੀ ਕੋ ਲਾਇਆ ਸੋ ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪਿਛਲੇ ਭਾਗ ਵਿੱਚ ਜੋ ਸਿੰਧੀ ਨੇ ਸਵਾਲ ਕੀਤਾ ਸੀ ਉਸ ਨੂੰ ਫਿਰ ਦੁਹਰਾ ਦਈਏ ਲੜੀ ਨੂੰ ਜੋੜਨ ਲਈ ਸਿੰਧੀ ਪਰ ਜੀ ਇਹ ਲੈਣ ਦਾ ਜਾਂ ਸਵਾਰਤ ਖੁਦਗਰਜ਼ੀ ਦਾ ਸੁਭਾਅ ਸਾਨੂੰ ਕਿੱਥੋਂ ਪਿਆ ਭਾਈ ਜੀ ਸਿਆਣਿਆਂ ਨੇ ਸੰਸਾਰ ਦੇ ਗੌਰਕ ਧੰਦੇ ਨੂੰ ਸਮਝਣ ਲਈ ਦੋ ਨਾਮ ਰੱਖੇ ਹਨ ਇੱਕ ਤਾਂ ਸਦਾ ਇੱਕ ਰਸ ਰਹਿਣ ਵਾਲੇ ਦਾ ਨਾਮ ਅਕਾਲ ਪੁਰਖ ਰੱਖਿਆ ਹੈ ਇਸ ਹਰ ਪਲ ਬਦਲਣ ਵਾਲੇ ਨਜ਼ਰ ਆਉਂਦੇ ਪ੍ਰਗਟ ਤਮਾਸ਼ੇ ਦਾ ਨਾਮ ਮਾਇਆ ਰੱਖਿਆ ਹੈ। ਇਸ ਮਾਇਆ ਵਿੱਚ ਲੈਣ ਦਾ ਸੁਭਾਅ ਹੈ ਪਰ ਉਸ ਸਦਾ ਇਕਸਰ ਰਹਿਣ ਵਾਲੇ ਅਕਾਲ ਪੁਰਖ ਵਿੱਚ ਦੇਣ ਦਾ ਸੁਭਾਅ ਹੈ। ਪਰਮੇਸ਼ਰ ਸਦਾ ਦਾਤਾ ਹੈ ਕਦੇ ਵੀ ਯਾਚਕ ਨਹੀਂ ਹੈ। ਪਰ ਇਹ ਮਾਇਆ ਦਾਤੀ ਨਹੀਂ ਲੈਣਹਾਰ ਹੈ। ਹੁਣ ਇਹ ਜੋ ਸਰੀਰ ਹੈ ਸਾਡਾ ਇਹ ਮਾਇਆ ਦਾ ਹੈ। ਇਸ ਵਿੱਚ ਜੋ ਜੀਵ ਹੈ ਸੋ ਉਸ ਪਰਮੇਸ਼ਰ ਦੀ ਅੰਸ਼ ਹੈ ਅੰਸ਼ ਵਿੱਚ ਆਪਣੇ ਜਨਕ ਦੇ ਗੁਣ ਰਹਿੰਦੇ ਹਨ ਸੋ ਸਾਡੇ ਜੀਵ ਆਤਮਾ ਵਿੱਚ ਤਾਂ ਦੇਣ ਦਾ ਸੁਭਾਅ ਹੈ ਪਰ ਮਾਇਆ ਦੇ ਕੁ ਸੰਗ ਦੇ ਕਾਰਨ ਤੇ ਇਸ ਦੇ ਸੰਗ ਤੋਂ ਉਪਜੀਆਂ ਲੋੜਾਂ ਦੇ ਕਾਰਨ ਸਾਡੇ ਮਨ ਨੂੰ ਲੈਣਾ ਚੰਗਾ ਪਾਸਦਾ ਹੈ ਇਹ ਸੱਚ ਹੈ ਕਿ ਸ਼ਰੀਰ ਨੂੰ ਆਪਣੀ ਪਾਲਣਾ ਤੇ ਰੱਖਿਆ ਲਈ ਲੋੜਾਂ ਹਨ ਤੇ ਉਹ ਆਪਾ ਲੋਚੇ ਤੇ ਯਤਨ ਕੀਤੇ ਬਿਨਾਂ ਪੂਰਨ ਨਹੀਂ ਹੁੰਦੀਆਂ ਪਰ ਇਹਨਾਂ ਦੀ ਕੋਈ ਹੱਦ ਹੈ ਉਸ ਹੱਦ ਤੋਂ ਅੱਗੇ ਲੰਘ ਕੇ ਜੋ ਆਪਾ ਲੋਚਣ ਦਾ ਯਤਨ ਹੈ ਸੋ ਅਜੋਗ ਸਵਾਰਥ ਹੈ ਜਿਉਂ-ਜਿਉਂ ਜੀਵ ਇਸ ਸੁਭਾਅ ਵਿੱਚ ਵੱਧਦਾ ਹੈ ਤਿਉਂ-ਤਿਉਂ ਇਸ ਦਾ ਸੁਭਾਅ ਮਾਇਕ ਹੁੰਦਾ ਜਾਂਦਾ ਹੈ ਤੇ ਆਪਣੇ ਪਿਤਾ ਦੇ ਸੁਭਾਅ ਤੋਂ ਪਰੇ ਹੁੰਦਾ ਜਾਂਦਾ ਹੈ ਲੈਂਦੇ ਆ ਲੈਂਦੇ ਆ ਇਸ ਨੂੰ ਪਹਿਲਾਂ ਆਪਣੇ ਅੰਦਰ ਅਤ੍ਰਿਪਤੀ ਦਾ ਦੁੱਖ ਲੱਗ ਜਾਂਦਾ ਹੈ ਸਹਸਖਟੇ ਲਖ ਕੋ ਉੜਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਫਿਰ ਇਹ ਲੋਕਾਂ ਨੂੰ ਸੁਖਦਾਈ ਨਹੀਂ ਰਹਿੰਦਾ ਦੁਨੀਆਂ ਦੀ ਹਾਨੀ ਹੋਵੇ ਤਾਂ ਪਈ ਹੋਵੇ ਇਹ ਆਪਣਾ ਸਵਾਰਥ ਸਾਧਦਾ ਹੈ ਫਿਰ ਇਹ ਦੁੱਖ ਦੇ ਕੇ ਵੀ ਸਵਾਰਥ ਸਾਧਦਾ ਹੈ ਇਸ ਤਰ੍ਹਾਂ ਕਰਦਾ ਕਰਦਾ ਇਹ ਮਨੋ ਚਿਤੋਂ ਸ੍ਰਿਸ਼ਟੀ ਤੋਂ ਵੱਖ ਹੋ ਜਾਂਦਾ ਹੈ ਹੁਣ ਸੋਚੋ ਕਿ ਜੇ ਸਤਸੰਗ ਕਰਕੇ ਇਸ ਨੂੰ ਸੇਵਾ ਦਾ ਉਪਦੇਸ਼ ਮਿਲੇ ਤਦ ਇਸ ਦਾ ਅਸਲੀ ਸੁਭਾਅ ਦੇਣ ਦਾ ਜਾਗੇਗਾਰ ਜਾਗਦਾ ਜਾਗਦਾ ਅਸਲੀਅਤ ਤੇ ਆ ਜਾਏਗਾ ਜਦ ਅਸਲੀ ਸੁਭਾਅ ਆਇਆ ਤਦ ਇਹ ਦੁੱਖਦਾਤੇ ਦੀ ਥਾਂ ਸੁਖਦਾਤਾ ਹੋ ਜਾਏਗਾ ਉਪਕਾਰ ਜਾਂ ਸੇਵਾ ਨਾਲ ਐਉ ਸੁਭਾਅ ਬਦਲਦਾ ਹੈ ਸੋ ਹੁਣ ਤੁਸੀਂ ਸਮਝ ਲਿਆ ਹੋਊਗੇ ਲਾਭ ਹੀ ਲੈਣ ਦਾ ਸੁਭਾਅ ਸਾਨੂੰ ਕਿਸ ਤਰ੍ਹਾਂ ਪੈਂਦਾ ਹੈ ਅਰਕਿਕੂ ਇਹ ਵੱਧਾ ਵੱਧਾ ਸਵੈ ਪਾਲਣਾ ਤੇ ਸਵੈ ਰੱਖਿਆ ਦੀ ਹੱਦ ਟੱਪ ਕੇ ਦੁਖਦਾਈ ਬਣ ਜਾਂਦਾ ਹੈ ਦੂਜੀ ਗੱਲ ਇਹ ਵੀ ਤੁਸੀਂ ਸਮਝ ਲਈ ਹੋਊ ਕਿ ਲਾਭ ਦੇਣ ਦਾ ਸੁਭਾਅ ਸਾਡਾ ਅਸਲੀ ਸੁਭਾਅ ਹੈ ਜਿਤਨਾ ਕੋਈ ਪਰਮੇਸ਼ਰ ਦੇ ਨੇੜੇ ਹੈ ਉਤਨਾ ਹੀ ਦాతਾ ਹੈ ਜਿਤਨਾ ਦੂਰ ਹੈ ਉਤਨਹੀਂ ਲਾਹੇ ਦਾ ਬੇਲੀ ਤੇ ਸਵਾਰਥੀ ਅਰਥਾਤ ਮੰਗਤਾ ਹੈ ਸਿੰਧੀ ਇਹ ਜੋ ਤੁਸੀਂ ਆਖਿਆ ਸੀ ਕਿ ਲੈਣੇ ਦੇ ਸੁਭਾਅ ਵਾਲਾ ਆਪ ਨੂੰ ਅੜਰਾ ਬਣਾਉਂਦਾ ਹੈ ਵਕ ਹੋਈ ਜਾਂਦਾ ਹੈ ਤੇ ਵਿਛੜਦਾ ਜਾਂਦਾ ਹੈ ਇਹ ਅੜ ਹੋਣ ਦਾ ਕੀ ਦੁੱਖ ਹੈ ਇਹ ਤਾਂ ਮੈਂ ਸਮਝਿਆ ਕਿ ਆਨੰਦ ਸਰੂਪ ਆਪਣੇ ਕਰਨ ਦੇ ਦਾਤਾ ਸੁਭਾਅ ਤੋਂ ਵੱਖ ਹੋਣ ਵਿੱਚ ਮਨ ਵਿੱਚ ਦਿਲਗੀਰੀ ਆਵਸਦੀ ਹੈ ਪਰ ਜੇ ਕਿਸੇ ਨੂੰ ਦਿਲਗੀਰੀ ਦਾ ਹੀ ਸੁਭਾਅ ਪੈ ਜਾਵੇ ਔਰ ਪਰਮੇਸ਼ਰ ਦੇ ਵਿਛੋੜੇ ਤੋਂ ਕਬਰਾਵੇ ਹੀ ਨਾ ਤਦ ਉਸ ਦਾ ਅਡ ਹੋਣਾ ਕੀ ਹੋਇਆ ਤੇ ਅਡ ਹੋਣ ਵਿੱਚ ਨਿਹਰਾ ਅਡਰੇਪਨ ਦਾ ਕੀ ਦੁੱਖ ਹੋਇਆ ਪਾਈ ਜੀ ਅਡਰਾਪਨ ਦੋ ਪ੍ਰਕਾਰ ਦਾ ਹੈ ਇੱਕ ਸਾਈ ਨਾਲੋਂ ਇੱਕ ਸ੍ਰਿਸ਼ਟੀ ਨਾਲੋਂ ਸਾਇ ਤੋਂ ਦੂਰ ਦੂਰ ਹੋਇਆ ਮਨ ਦਾ ਸੁਭਾਵ ਲੈਣ ਦਾ ਵੱਧਾ ਹੈ ਅਤ੍ਰਿਪਤੀ ਵੱਧੀ ਹੈ ਭੋਗਾਂ ਵੱਲ ਰੁਚੀ ਵੱਧੀ ਹੈ ਤੇ ਮਨ ਵੀ ਟਿਕਾਉ ਤੇ ਸੁਖ ਨਹੀਂ ਰਹਿੰਦਾ ਸ਼ਰੀਰ ਨੂੰ ਭੋਗਾਂ ਦਾ ਫਲ ਰੋਗ ਹੁੰਦਾ ਹੈ ਤੇ ਦੁੱਖ ਦੇਣ ਦਾ ਫਲ ਬਦਨਾਮੀ ਤੇ ਰਾਜ ਦੰਡ ਸ਼ਰੀਰ ਨੂੰ ਮਿਲਦੇ ਹਨ ਦੂਸਰਾ ਅਡਰਾਪਣ ਜਗਤ ਨਾਲ ਲੋਂਦਾ ਹੈ ਸਿੰਧੀ ਜਗਤ ਵਿੱਚ ਤਾਂ ਵਸੀਦਾ ਹੈ ਇਸ ਤੋਂ ਅਡਰਾਪਣ ਕੀ ਹੋਇਆ ਭਾਈ ਜੀ ਲਓ ਐਵੇਂ ਕਰੋ ਤੁਸੀਂ ਸਮਝੋ ਕਿ ਤੁਹਾਡੇ ਘਰ ਦੇ ਬਾਹਰ ਦੇ ਤੇ ਸੰਸਾਰ ਦੇ ਸਭ ਮਨੁੱਖ ਜੀਵ ਜੰਤੂ ਇਸ ਧਰਤੀ ਤੋਂ ਚਲੇ ਗਏ ਹਨ ਔਰ ਤੁਸੀਂ ਇਕੱਲੇ ਇਸ ਧਰਤੀ ਉੱਤੇ ਰਹਿ ਗਏ ਹੋ ਹੁਣ ਜ਼ਰਾ ਸੋਚ ਕੇ ਦੱਸੋ ਤੁਸੀਂ ਦੁਖੀ ਹੋਵੋਗੇ ਕਿ ਨਹੀਂ ਜੇ ਹੋਵੋਗੇ ਤਾਂ ਉਹ ਦੁੱਖ ਕੀ ਹੋਵੇਗਾ ਔਰ ਕਿਹੜਾ ਕੋ ਹੋਵੇਗਾ ਸਿੰਦੀ ਅੱਖਾਂ ਮੀਟ ਕੇ ਕੁਝ ਚਿਰ ਸੋਚ ਕੇ ਫਿਰ ਕਬਰਾ ਕੇ ਤੇ ਅੱਖਾਂ ਖੋਲ ਕੇ ਉਈ ਇਹ ਤਾਂ ਬੜਾ ਭਾਰੀ ਦੁੱਖ ਹੈ ਭਾਈ ਜੀ ਜ਼ਰਾ ਹੋਰ ਸੋਚੋ ਇਕੱਲੇ ਹੀ ਇਕੱਲੇ ਨਾ ਸਾਥ ਨਾ ਸਹੇ ਨਾ ਓਪਰਾ ਨਾ ਪਰਾਇਆ ਮਨੁੱਖ ਇਕੱਲਾ ਇਕੱਲਾ ਮਨੁੱਖ ਡਾਵਾਂਡੋਲ ਹੋਊ ਕਿ ਨਾ ਕਿ ਉਸ ਦੇ ਕਬਰਾ ਉਸ ਦੀ ਵਹਿਸ਼ਤ ਦੀ ਕੋਈ ਹੱਦ ਹੋਵੇਗੀ ਇਹ ਵੀ ਸੋਚ ਲਓ ਕਿ ਜੋ ਕੈਦੀ ਬੰਦੀਖਾਨੇ ਵਿੱਚ ਇੱਕ ਕੋਠੜੀ ਵਿੱਚ ਤਨਹਾ ਅਰਥਾਤ ਇਕੱਲੇ ਰੱਖੇ ਜਾਂਦੇ ਹਨ ਦੁਹਿਆਂ ਨਾਲੋਂ ਕਮਜ਼ੋਰ ਤੇ ਨਿਤਾਣੇ ਬਹੁਤ ਛੇਤੀ ਹੋ ਜਾਂਦੇ ਹਨ ਸਿੰਧੀ ਇਹ ਕਲ ਦਾ ਖਿਆਲ ਹੀ ਕਲੇਜਾ ਕੱਢਦਾ ਹੈ ਭਾਈ ਜੀ ਫਿਰ ਹੁਣ ਸਮਝ ਲਓ ਕਿ ਜਿੰਨਾ ਮਨੁੱਖਾਂ ਨਾਲ ਆਪਣੇ ਲਾਭ ਖਾਤਰ ਛਲ ਤੇ ਧੱਕਾ ਕਰੀਦਾ ਹੈ ਉਹ ਸਾਡੇ ਹੀ ਜੀਵਨ ਦਾ ਇੱਕ ਤਰ੍ਹਾਂ ਆਸਰਾ ਹਨ ਅਸੀਂ ਕਿਹੜੇ ਅਕਿਰਤ ਕਣ ਹਾਂ ਕਿ ਆਪਣੇ ਨਫੇ ਨੂੰ ਵੀ ਜਿਸ ਪਿੱਛੇ ਬਉਰੇ ਹੋਏ ਫਿਰਦੇ ਹਾਂ ਨਹੀਂ ਪਛਾਣਦੇ ਅਸੀਂ ਉਹਨਾਂ ਨਾਲ ਛਲ ਤੇ ਧੱਕਾ ਕਰਦੇ ਹਾਂ ਕਿ ਜਿਨ੍ਹਾਂ ਦੇ ਕੇਵਲ ਹੋਣ ਮਾਤਰ ਨਾਲ ਅਸੀਂ ਪਰਸੰਨ ਜਿਉਂਦੇ ਤੇ ਬੇਪਰਵਾਹ ਜੇ ਫਿਰਦੇ ਹਾਂ ਕੀ ਇਹ ਸਾਰਾ ਪਰਿਵਾਰ ਨਹੀਂ ਜਿਸ ਦਾ ਅਸੀਂ ਇਕੰਗ ਹਾਂ ਫਿਰ ਕਦੇ ਅੰਗ ਵੀ ਅੰਗ ਨਾਲ ਲੜਦਾ ਹੈ ਤਿਵੇਂ ਅਸੀਂ ਕਿੱਕੂ ਆਪਣੇ ਅੰਗਾ ਨਾਲ ਛਲ ਧੱਕਾ ਕਰਦੇ ਚੰਗੇ ਹਾਂ ਮਨ ਦੀ ਖੁਸ਼ੀ ਦੇ ਉੱਚ ਭਾਉ ਜੇ ਅਜੇ ਸਾਡੇ ਤੇ ਅਸਰ ਨਾ ਕਰਦੇ ਹੋਣ ਤਾਂ ਕੇਵਲ ਇਹ ਖਿਆਲ ਹੀ ਕਿ ਮੇਰੇ ਜੀਵਨ ਦਾ ਆਧਾਰ ਸਾਰੇ ਲੋਕ ਹਨ ਦੱਸ ਸਕਦਾ ਹੈ ਕਿ ਨਹੀਂ ਕਿ ਅਡ ਹੋਣਾ ਤੇ ਵਿਛੜ ਜਾਣਾ ਕੀ ਸਰੂਪ ਰੱਖਦਾ ਹੈ ਸਿੰਦੀ ਸਰੂਪ ਤਾਂ ਸਮਝਿਆ ਪਰਵਾਰ ਵੀ ਜਾਣਿਆ ਆਪਣਾ ਹਿੱਸਾ ਵੀ ਸਮਝਿਆ ਪਰ ਸੰਸਾਰ ਕੋਈ ਸਾਰਾ ਮਰ ਥੋੜਾ ਚੱਲਿਆ ਹੈ ਭਾਈ ਜੀ ਠੀਕ ਹੈ ਜਾਬਦਾ ਤਾਂ ਹੈ ਸੰਸਾਰ ਤਾਂ ਸਾਰਾ ਇੱਕੋ ਵਾਰ ਨਹੀਂ ਮਰ ਚੱਲਿਆ ਪਰ ਅਸਾਂ ਤਾਂ ਮਰ ਜਾਣਾ ਹੈ ਕਿ ਨਹੀਂ ਸਿੰਧੀ ਹਾਂ ਇਹ ਠੀਕ ਹੈ ਭਾਈ ਜੀ ਜੇ ਭਲਾ ਸਾਨੂੰ ਮਰ ਗਿਆ ਨੂੰ ਇਹ ਸਾਰਾ ਭਾਈਚਾਰਾ ਨਾ ਦਿਸੇ ਤੇ ਹੋਰ ਪਾਈਚਾਰਾ ਨਾ ਮਿਲੇ ਤਾਂ ਸਾਡਾ ਉਹ ਹਾਲ ਹੋਵੇ ਕਿ ਨਾ ਜੋ ਸੰਸਾਰ ਦੇ ਮਰਗਿਆਂ ਦਾ ਹੋ ਸਕਦਾ ਹੈ ਸਿੰਧੀ ਠੀਕ ਹੈ ਭਾਈ ਜੀ ਲਓ ਹੋਰ ਸੋਚੀਏ ਜਦ ਅਸਾਂ ਸੁਭਾਵ ਅੜਰੇ ਹੋਣ ਦਾ ਪਕਾ ਲਿਆ ਤੇ ਸ੍ਰਿਸ਼ਟੀ ਨੂੰ ਅਸਾਂ ਇੱਕ ਵੈਰੀ ਦੀ ਸ਼ੈ ਸਮਝ ਕੇ ਛੱਲਿਆ ਤੇ ਲੁੱਟਿਆ ਸਾਨੂੰ ਇੰਨੀ ਸੋਚ ਸਵਾਰਥ ਵਾਲੀ ਵੀ ਨਾ ਰਹੀ ਕਿ ਸਾਡਾ ਜੀਵਨ ਇਹਨਾਂ ਦੇ ਆਸਰੇ ਹੈ ਤਾਂ ਦੱਸੋ ਅਸਾਂ ਮਨ ਕਰਕੇ ਆਪਣੇ ਆਪ ਨੂੰ ਪਰਿਵਾਰ ਤੋਂ ਅਡ ਕਰ ਲਿਆ ਕਿ ਨਾ ਅੱਖਾਂ ਨਾਲ ਤਾਂ ਪਰਿਵਾਰ ਵੇਖਦੇ ਆਂ ਪਰ ਸੁਰਤ ਵਿੱਚ ਓਪਰਾ ਵੇਖਦੇ ਆਂ ਅੱਖਾਂ ਮੀਟ ਕੇ ਸੁਰਤ ਵਿੱਚ ਸਾਨੂੰ ਆਪਾ ਹੀ ਆਪਾ ਤੇ ਆਪੇ ਦਾ ਲਾਹਾ ਹੀ ਲਾਹਾ ਦਿਸਦਾ ਹੈ ਪਰਿਵਾਰ ਹੁਣ ਦਿਸਦਾ ਹੀ ਨਹੀਂ ਜੇ ਦਿਸੇ ਤਾਂ ਦੁਜੈਗੀ ਭਾਵ ਨਾਲ ਦਿਸਦਾ ਹੈ ਦੱਸੋ ਮਨ ਵਿੱਚ ਸਾਡੇ ਅਡ ਅਡ ਤੇ ਇਕੱਲੇ ਹੋਣ ਵਿੱਚ ਕੀ ਕਸਰ ਰਹਿ ਗਈ ਬਾਲਾ ਦੇ ਹੁੰਦਿਆਂ ਦੇਖਦੇ ਤੇ ਫਿਰਦੇ ਤਾਂ ਰਹੇ ਮਨ ਪਰਚਦਾ ਰਿਆ ਪਰ ਮਰ ਕੇ ਕੀ ਹੋਵੇਗਾ ਦੇ ਨਹੀਂ ਹੋਵੇਗੀ ਮਨ ਹੋਵੇਗਾ ਤੇ ਕਾਲੇ ਕਰਮਾਂ ਦਾ ਹਨੇਰਾ ਹੋਵੇਗਾ ਔਰ ਸਾਡੀ ਸਵਾਰਥ ਵਿੱਚ ਪੱਕੀ ਤੇ ਸੰਸਾਰ ਤੋਂ ਅੜ ਹੋਈ ਹੋਈ ਸੂਰਤ ਹੋਵੇਗੀ ਉਸ ਸੂਰਤ ਵਿੱਚ ਤ੍ਰਿਪਤ ਨਾ ਹੋਣ ਵਾਲੀ ਅੱਗ ਲੈਣੀ ਲੈਣ ਦੀ ਤ੍ਰਿਸ਼ਨਾ ਹੋਵੇਗੀ ਪਰ ਸਰੀਰ ਤੋਂ ਸਰੀਰ ਦੇ ਅੰਗ ਨਾ ਹੋਣ ਕਰਕੇ ਤਦੋਂ ਲੈਣ ਵਾਲੀਆਂ ਚੀਜ਼ਾਂ ਨੂੰ ਕੀ ਕਹਾਂਗੇ ਉਸ ਵੇਲੇ ਦਾ ਕਲੇਸ਼ ਵਿਚਾਰੋ ਕੀ ਹੋਵੇਗਾ ਕਰਮ ਦਾ ਹਨੇਰਾ ਸੂਰਤ ਵਿੱਚ ਕਬਰਾ ਵਹਿਸ਼ਤ ਅਤ੍ਰਿਪ ਤ੍ਰਿਸ਼ਨਾ ਤੇ ਭੋਗਣ ਦੀ ਅਗ ਪਰ ਭੋਗਾ ਦਾ ਨਾ ਲੱਜਣਾ ਸ੍ਰਿਸ਼ਟੀ ਤੋਂ ਸੁਰਤ ਦਾ ਅੜ ਹੋਣਾ ਔਰ ਕਿਸੇ ਹੀ ਵਿੱਚ ਆਪਣਾ ਤੇ ਆਪਣਾ ਦਾਸ ਰਾ ਨਾ ਹੋਣਾ ਸੁਰਤ ਨੂੰ ਇਕਲ ਵਿੱਚ ਪਾ ਦੇਵੇਗਾ ਫਿਰ ਦੋਰਾ ਦੇਈਏ ਉਸ ਵੇਲੇ ਦਾ ਕਲੇਸ਼ ਵਿਚਾਰੋ ਕੀ ਹੋਵੇਗਾ ਕਰਮਾਂ ਦਾ ਹਨੇਰਾ ਸੁਰਤ ਵਿੱਚ ਕਬਰਾ ਵਹਿਸ਼ਤ ਅਤਰਪ ਤ੍ਰishna ਤੇ ਭੋਗਣ ਦੀ ਅੱਗ ਪਰ ਭੋਗਾ ਦਾ ਨਾ ਲਜਣ ਸ੍ਰਿਸ਼ਟੀ ਤੋਂ ਸੁਰਤ ਦਾ ਅਡ ਹੋਣਾ ਔਰ ਕਿਸੇ ਹੀ ਵਿੱਚ ਆਪਣਾ ਤੇ ਆਪਣਾ ਦਾਸ ਰਾਨਾ ਨਾ ਹੋਣਾ ਸੁਰਤ ਨੂੰ ਇਕਲ ਵਿੱਚ ਪਾ ਦੇਵੇਗਾ ਪਰ ਤੱਕ ਦੇਖ ਲਓ ਕਿ ਦਿਨ ਦੀ ਸੁਰਤ ਦੀ ਦਸ਼ਾ ਰਾਤ ਨੂੰ ਵਾਪਰਦੀ ਹੈ। ਔਰ ਜੇ ਬੁਰੀ ਹੋਵੇ ਤਾਂ ਦਿਨ ਨਾਲੋਂ ਰਾਤ ਵਾਲੇ ਬਹੁਤ ਘਬਰਾਉਂਦੀ ਹੈ। ਰਾਤ ਨੂੰ ਜਵਾਰੀਆਂ ਜੂਏ ਦੇ ਸੁਪਨੇ ਦੇਖਦਾ ਹੈ। ਪਰ ਸੁਖੀਆਂ ਸੁਪਨੇ ਵਿੱਚ ਖੁਸ਼ੀ ਚਿਹਰੇ ਵੇਖਦਾ ਹੈ। ਤਿਵੇਂ ਜੀਵਨ ਦੇ ਦਿਨ ਦੀ ਪੱਕੀ ਹੋਈ ਸੁਰਦ ਦੇ ਨਾਲ ਮੌਤ ਦੀ ਰਾਤ ਵਿੱਚ ਉਹ ਕੁਝ ਹੋਊ ਜੋ ਜੀਵਨ ਦੇ ਦਿਨ ਵਿੱਚ ਸੀ। ਪਿਆਰੇ ਜੀ ਇਹ ਇੱਕਲ ਇਹ ਅੜਰਾ ਪਨ ਨਰਕ ਹੈ ਜਗ ਤੋਂ ਵਾਂਝਿਆ ਵਾਹਿਗੁਰੂ ਤੋਂ ਟੁੱਟਾ ਸ਼ੁਭ ਗੁਣਾ ਤੋਂ ਹੀਣਾ ਰੂਹਾਨੀ ਬਸਤਰਾਂ ਤੋਂ ਵਿਹੂਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਉਣ ਇਹ ਕੋਈ 부ਜਾਰਤ ਨਹੀਂ ਇਹ ਰੋਜ ਦੇ ਵਰਤਰੇ ਵਰਤਾਰੇ ਸਾਨੂੰ ਮੌਤ ਤੋਂ ਪਾਰਲੀ ਘਾਟੀ ਦੀ ਵੰਗੀ ਦਿਖਾ ਰਹੇ ਹਨ ਆਪ ਨੂੰ ਅੜਰੇ ਕਰਨ ਦੇ ਦੁੱਖ ਮੈਂ ਕੀ ਕਹਾਂ ਤੁਸੀਂ ਆਪ ਸਮਝਦੇ ਹੋ ਇੱਥੇ ਉੱਥੇ ਕੀ ਹੋ ਸਕਦੇ ਹਨ ਨਾਲੇ ਤੁਸੀਂ ਤਾਂ ਆਪੇ ਨੂੰ ਪਿਆਰ ਕਰਾ ਕੇ ਤੇ ਫਿਰ ਪਿਆਰ ਕਰਕੇ ਵੇਖ ਲਿਆ ਹੈ ਕਿ ਅਡ ਹੋਣ ਤੇ ਮਿਲਣ ਵਿੱਚ ਕਿੰਨਾ ਕੋ ਫਰਕ ਹੈ ਸਿੰਧੀ ਸਤ ਹੈ ਆਪਨੇ ਬਹੁਤ ਠੀਕ ਸਮਝਾਇਆ ਹੈ ਉਪਕਾਰ ਜੋ ਗੁਰੂ ਜੀ ਨੇ ਇਸ ਦਾਸ ਨੂੰ ਬਖਸ਼ਿਆ ਸੀ ਉਸ ਦਾ ਜੋ ਸਵਾਦ ਆਇਆ ਸੀ ਸੋ ਜੀਵ ਵਿੱਚ ਪ੍ਰਤੱਖ ਸੁਖ ਭਾਸ ਰਿਹਾ ਹੈ ਆਪ ਦੇ ਕਹਿਣੇ ਮੁਜਬ ਮੈਂ ਇਹ ਸਮਝਿਆ ਹੈ ਕਿ ਜਗਤ ਪਰਵਾਰ ਵਿੱਚ ਪਰਵਾਰੀ ਬਣੀ ਪਰ ਤੁਸੀਂ ਨਾਲ ਇਹ ਵੀ ਕਿਹਾ ਸੀ ਕਿ ਕਾਰਨ ਨੂੰ ਮਿਲੇ ਬਿਨਾ ਸੁਖ ਨਹੀਂ ਤੇ ਕਾਰਨ ਪਰਮੇਸ਼ਰ ਹੈ। ਉਪਕਾਰ ਨਾਲ ਤਾਂ ਮੇਰਾ ਸ੍ਰਿਸ਼ਟੀ ਨਾਲ ਵਿਛੋੜਾ ਆਟਿਆ। ਸ੍ਰਿਸ਼ਟੀ ਦੇ ਰਚਨਹਾਰੇ ਸ੍ਰਿਸ਼ਟੀ ਨਾਲ ਤਾਂ ਮੇਲ ਨਾ ਹੋਇਆ। ਕਿਉਂਕਿ ਉਹ ਸ੍ਰਿਸ਼ਟੀ ਕਾਰਨ ਤਾਂ ਨਹੀਂ ਹੈ ਉਹ ਤਾਂ ਕਾਰਜ ਜਾਂ ਕਰਤੈ ਕਰਤਾ ਦੀ। ਸ੍ਰਿਸ਼ਟੀ ਨਾਲ ਮੇਲ ਕਿਸ ਤਰ੍ਹਾਂ ਹੋਵੇ? ਭਾਈ ਜੀ ਪਿਆਰੇ ਮਿੱਤਰ ਜੀ ਇਹ ਜੋ ਸ੍ਰਿਸ਼ਟੇ ਵਾਹਿਗੁਰੂ ਨੂੰ ਮਿਲਣ ਦੀ ਚਾਹ ਹੈ ਇਥੋਂ ਲੈ ਕੇ ਮਿਲਾਪ ਤਾਈ ਦੀ ਵਿਵਸਥਾ ਵਿਚਾਰ ਸਾਧਨ ਅਨਭਾਵ ਸਾਰੇ ਨੂੰ ਨਾ ਮਾਕਦੇ ਹਨ ਜਿਸ ਪਰ ਗੁਰੂ ਜੀ ਫਰਮਾਉਂਦੇ ਹਨ ਨਾਮ ਤੁਲ ਕਛ ਅਵਰ ਨਾ ਹੋਏ ਸੋ ਇਸ ਦੀ ਕਿਰਪਾ ਸਤਿਗੁਰੂ ਜੀ ਆਪ ਕਰਨਗੇ ਮੈਂ ਤਾਂ ਨੀਚ ਢਾਡੀ ਦੀ ਤਰ੍ਹਾਂ ਉਹਨਾਂ ਦੇ ਗੁਣ ਗਾਉਂਦਾ ਹਾਂ ਵੇਖੋ ਮਿੱਤਰ ਜੀ ਪੂਰੇ ਵੈਦ ਨੇ ਜੋ ਪਹਿਲਾ दारू ਆਪ ਨੂੰ ਦਿੱਤਾ ਸੀ ਉਸ ਨੇ ਤੁਹਾਡੇ ਦਿਲ ਦੀ ਕਿਹੜੀ ਮਹਿਲ ਕੱਢ ਦਿੱਤੀ ਹੈ ਕਿੱਥੇ ਤੁਸੀਂ ਸ੍ਰਿਸ਼ਟੇ ਤੇ ਸ੍ਰਿਸ਼ਟੀ ਦੋਹਾਂ ਤੋਂ ਅਡ ਹੋ ਰਹੇ ਸੌ ਤੇ ਕਿੱਥੇ ਤੁਹਾਨੂੰ ਪਰਿਵਾਰ ਨਾਲ ਹਮਦਰਦੀ ਦਾ ਸੁਖ ਪ੍ਰਤੀਤ ਹੋਇਆ ਤੇ ਹੁਣ ਸ੍ਰਿਸ਼ਟੇ ਦੇ ਮਿਲਾਪ ਦੀ ਚਾਹ ਉਪਜ ਪਈ ਹੈ ਇਹ ਜੋ ਸਾਈ ਨਾਲ ਮੇਲ ਦੀ ਚਾਹ ਹੈ ਇਹ ਬੜੀ ਭਾਰੀ ਦਾਤ ਹੈ ਸਤਗੁਰੂ ਜੀ ਫਰਮਾਉਂਦੇ ਹਨ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸ ਗੁਰੂ ਨਾਨਕ ਦੇਵ ਜੀ ਉਸ ਤੋਂ ਕੁਰਬਾਨ ਹੁੰਦੇ ਹਨ ਕਿ ਜਿਸ ਨੂੰ ਪਰਮੇਸ਼ਰ ਦੇ ਦਰਸ਼ਨ ਦੀ ਚਾਹ ਪੁੱਜਦੀ ਹੈ ਸੋਚੋ ਕਿ ਇਹ ਦਾਤ ਆਪ ਨੂੰ ਤਾਂ ਪ੍ਰਾਪਤ ਹੋਈ ਜੇ ਆਪ ਨੇ ਪਹਿਲਾਂ ਸੇਵਾ ਦੀ ਕਾਲ ਕਾ ਲਈ ਸੇਵਾ ਦਾ ਜੋ ਨਿਸ਼ਕਾਮ ਹੋਵੇ ਫਲ ਇਹ ਹੈ ਕਿ ਮਨ ਦੀ ਮਹਿਲ ਉਤਰਦੀ ਹੈ ਮੈਲ ਉਤਰਿਆਂ ਸਿਰਜਣਹਾਰ ਦੇ ਮਿਲਣੇ ਦੀ ਇੱਛਾ ਉੱਭਜਣ ਦਾ ਅਵਸਰ ਬਣ ਜਾਂਦਾ ਹੈ ਸੋ ਵੇਖੋ ਹੁਣ ਤੁਹਾਡੇ ਵਿੱਚ ਸਾਈ ਮਿਲਾਪ ਦੀ ਚਾਹ ਵੀ ਪੈਦਾ ਹੋ ਆਈ ਹੈ ਜੇ ਪਰਿਵਾਰ ਦੀ ਬੋਲੀ ਵਿੱਚ ਗੱਲ ਕਰੀਏ ਤਾਂ ਜਿਵੇਂ ਬੱਚੇ ਨੂੰ ਪਿਆਰ ਕਰੀਏ ਤਾਂ ਮਾਂ ਰਾਜ਼ੀ ਹੁੰਦੀ ਹੈ ਤਵੇਂ ਸ੍ਰਿਸ਼ਟੀ ਦੀ ਨਿਸ਼ਕਾਮ ਸੇਵਾ ਕਰਨ ਨਾਲ ਕਰਤਾਰ ਦੀ ਖੁਸ਼ੀ ਦੀ ਨਿਸ਼ਾਨੀ ਹੈ ਜੋ ਤੋਂ ਸਾਨੂੰ ਉਸ ਦੇ ਮਿਲਣ ਦੀ ਚਾਹ ਹੋ ਆਈ ਹੈ ਜੇ ਸਤਸੰਗੀਆਂ ਦੀ ਬੋਲੀ ਵਿੱਚ ਗੱਲ ਕਰੋ ਤਦ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ ਇਹ ਸੇਵਾ ਜੋ ਤੁਸੀਂ ਕੀਤੀ ਹੈ ਗੁਰੂ ਦੀ ਸੇਵਾ ਹੈ ਕਿਉਂਕਿ ਉਸ ਦੇ ਹੁਕਮ ਦੀ ਪਾਲਣਾ ਵੀ ਤੁਸੀਂ ਕੀਤੀ ਹੈ ਹੁਣ ਪੂਰੇ ਵੈਜ ਜੀ ਅਗਲੀ ਬੂਟੀ ਦੇ ਕੇ ਤੁਹਾਨੂੰ ਹੋਰ ਅੱਗੇ ਕਰਨਗੇ ਤੁਸੀਂ ਜਾਣਦੇ ਹੋ ਤਰੇ ਬਿਨਾ ਪਾਣੀ ਕੌਣ ਪੀਂਦਾ ਹੈ ਜਿੰਨ ਕੋ ਲਗੀ ਪਿਆਸ ਅਮਰਤ ਸੇ ਹੀ ਖਾਏ ਅਮਰਤ ਦੀ ਪਿਆਸ ਵਾਲੇ ਹੀ ਅਮਰਤ ਖਾ ਸਕਦੇ ਹਨ ਪਰ ਸਾਨੂੰ ਜੋ ਵਹਿੋ ਦੀ ਪਿਆਸ ਲੱਗੀ ਹੋਈ ਹੈ ਉਹ ਸਾਨੂੰ ਵਹਿੋ ਦੇ ਚਸ਼ਮਿਆਂ ਤੇ ਲਈ ਫਿਰਦੀ ਹੈ ਫਿਰ ਜੇ ਅਸੀਂ ਅਮਰਤ ਦੀ ਥਾਂ ਵਿਹੋ ਨਾਲ ਪਿਆਸ 부ਜਾਉਂਦੇ ਹਾਂ ਤਾਂ ਉਸ ਦਾ ਦੁੱਖ ਦੇਂਦੀ ਹੈ ਤੇ ਪਿਆਸ ਵੀ ਨਹੀਂ 부ਜਦੀ ਪੂਰੇ ਵਹਿਦ ਨੇ ਤੁਹਾਡੀ ਵਹਿੋਲੀ ਪਿਆਸ ਤੇ ਵੇਹੋਲੇ ਪਾਣੀ ਦੇ ਪੀਣ ਦੀ ਬਾਣ ਮਿਟਾ ਕੇ ਤੁਹਾਡੇ ਵਿੱਚ ਅੰਮ੍ਰਿਤ ਦੀ ਪਿਆਸ ਪੈਦਾ ਕੀਤੀ ਹੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲਬਲ ਜਾਸਾ ਇਸ ਪਿਆਸ ਨੂੰ ਗੁਰੂ ਜੀ ਨਾਮ ਅੰਮ੍ਰਿਤ ਬਖਸ਼ ਕੇ ਸਦਾ ਮੇਲ ਦੀ ਤ੍ਰਿਪਤੀ ਬਖਸ਼ਣ ਸਿੰਧੀ ਮੇਰੇ ਉਪਕਾਰੀ ਮਿੱਤਰ ਜੀ ਹੁਣ ਫਿਰ ਉਪਕਾਰ ਦੀ ਲੋੜ ਤਾਂ ਨਾ ਰਹੇਗੀ ਭਾਈ ਜੀ ਹੁਣ ਲੋੜ ਤਾਂ ਕੀ ਰਹਿਣੀ ਹੋਈ ਹੁਣ ਤਾਂ ਉਪਕਾਰ ਤੁਹਾਡਾ ਸੁੱਤੇ ਸੁਭਾਵ ਹੋ ਗਿਆ ਹੈ ਖਿੱਚ ਤੇ ਜ਼ੋਰ ਨਾਲ ਕਰਨ ਦਾ ਵਕਤ ਗਿਆ ਜਦੋਂ ਤੁਸੀਂ ਨਾਮ ਵਿੱਚ ਜੀਵਨ ਪਾ ਲਓਗੇ ਤਦੋਂ ਆਪੇ ਹੀ ਤੁਹਾਥੋਂ ਪਲਾ ਪਿਆ ਹੋਵੇਗਾ ਬੁਰੇ ਵੱਲ ਤੁਹਾਡੇ ਹੱਥਾਂ ਨੇ ਪਸਰਨਾ ਹੀ ਨਹੀਂ ਹੈ ਪਰ ਇਹ ਗੱਲ ਸੱਚ ਹੈ ਕਿ ਇਹ ਉਪਕਾਰ ਹੀ ਸਭੋ ਕੁਝ ਨਹੀਂ ਇਸ ਸ੍ਰਿਸ਼ਟੀ ਦਾ ਪਿਆਰ ਹੈ ਤੇ ਇਹ ਅਮਰਦੀ ਦਾ ਮਾਦਾ ਮਨੁੱਖਾ ਮਾਤਰ ਵਿੱਚ ਹੋਣਾ ਮਨੁੱਖਪੁਣਾ ਜਾਂ ਇਨਸਾਨੀਅਤ ਹੈ ਇਸ ਤੋਂ ਅੱਗੇ ਸ੍ਰਿਸ਼ਟੇ ਦਾ ਪਿਆਰ ਹੈ ਸ੍ਰਿਸ਼ਟੇ ਦੇ ਪਿਆਰ ਵਿੱਚ ਨਿਮਗਨ ਹੋਏ ਬਿਨਾ ਪੂਰਨ ਆਨੰਦ ਨਹੀਂ ਹੈ ਪਰ ਇਸ ਨਿਮਗਨਤਾ ਵਿੱਚ ਤੁਸੀਂ ਨੇਕੀ ਨਾ ਕਰੋ ਤੇ ਬਦੀ ਕਰੋ ਇਹ ਹੋਣ ਨਹੀਂ ਲੱਗਾ ਨੇਕੀ ਕਰਨ ਵਾਲਾ ਨੇਕੀ ਇੱਕੰਮ ਦੀ ਤਰ੍ਹਾਂ ਕਰ ਯਾਨੀ ਫਰਜ਼ ਜਾਣ ਕੇ ਕਰਦਾ ਹੈ ਪਰ ਜਦ ਨਾਮ ਪ੍ਰਾਪਤ ਹੁੰਦਾ ਹੈ ਤੇ ਆਪਾ ਆਪਣੇ ਅਸਲੇ ਨਾਲ ਜਾਚ ਹੁੰਦਾ ਹੈ ਤੇ ਹਾਦੋਂ ਪਾਰ ਚਲਾ ਜਾਂਦਾ ਹੈ ਤਦੋਂ ਫਿਰ ਨੇਕੀ ਇਸ ਤੋਂ ਆਪੇ ਆ ਮੁਹਾਰੀ ਪਈ ਆਉਂਦੀ ਹੈ ਵਾਹਿਗੁਰੂ ਨੂੰ ਪ੍ਰਾਪਤ ਪੁਰਖ ਸੁਭਾਵਕ ਹੀ ਨੇਕੀ ਵਾਲਾ ਹੁੰਦਾ ਹੈ ਜਿਸ ਤਰ੍ਹਾਂ ਗੁਲਾਬ ਤੋਂ ਖੁਸ਼ਬੂ ਦਾ ਦਾਨ ਸੁੱਤੇ ਸੁਭਾਵ ਆਪੇ ਪਿਆ ਹੁੰਦਾ ਹੈ ਨਾਮ ਜੀਵਨ ਹੈ ਆਤਮ ਜੀਵਨ ਹੈ ਨਾਮ ਮੁਕਤੀ ਹੈ ਨਾਮ ਧਿਆਨ ਹੈ ਨਾਮ ਅਨਭਾਉ ਹੈ ਤੇ ਵਾਹਿਗੁਰੂ ਨਾਲ ਮੇਲ ਹੈ ਨਾਮ ਅਸਲੇ ਵਿੱਚ ਲੈ ਜਾਂਦਾ ਹੈ ਨਾਮ ਫਿਰ ਕਿਸੇ ਹਿਲਾਉ ਦੇ ਚੱਕਰ ਵਿੱਚ ਨਹੀਂ ਆਉਣ ਦਿੰਦਾ ਇਸ ਕਰਕੇ ਨਾਮ ਸਭ ਤੋਂ ਉੱਚਾ ਹੈ ਔਰ ਹੋਰ ਸਾਰੇ ਕਰਮ ਉਸ ਤੋਂ ਏਠਾ ਹਨ ਯਾ ਹੋਰ ਕਰਮ ਇੱਕ ਤਰ੍ਹਾਂ ਦੀ ਤਿਆਰੀ ਹੁੰਦੇ ਹਨ ਜੋ ਨਾਮ ਲਈ ਥਾਂ ਬਣਾਉਂਦੇ ਹਨ ਫਿਰ ਦੋ ਰਾਹ ਲਈ ਨਾਮ ਜੀਵਨ ਹੈ आत्म जीवन है नाम मुक्ति है नाम ध्यान है नाम अनुभव है ते वाहेगुरु नाल मेल है नाम असली ਵਿੱਚ ਲੈ ਜਾਂਦਾ ਹੈ नाम ਫਿਰ ਕਿਸੇ ਹਿਲਾਉ ਦੇ ਚੱਕਰ ਵਿੱਚ ਨਹੀਂ ਆਉਣ ਦੇਂਦਾ ਇਸ ਕਰਕੇ ਨਾਮ ਸਭ ਤੋਂ ਉੱਚਾ ਹੈ ਔਰ ਹੋਰ ਸਾਰੇ ਕਰਮ ਉਸ ਤੋਂ ਏਠਾ ਹਨ ਯਾ ਹੋਰ ਕਰਮ ਇੱਕ ਤਰ੍ਹਾਂ ਦੀ ਤਿਆਰੀ ਹੁੰਦੇ ਹਨ ਜੋ ਨਾਮ ਲਈ ਥਾਂ ਬਣਾਉਂਦੇ ਹਨ ਸ਼ੁਭ ਕਰਮ ਫਲਾਂ ਦੀ ਵਾਸ਼ਨਾ ਨਾਲ ਕੀਤੇ ਹੋਏ ਇੱਕ ਕਰਮ ਹਨ ਜੋ ਮਾੜੇ ਕਰਮਾਂ ਤੋਂ ਚੰਗੇ ਹਨ ਨਿਸ਼ਕਾਮ ਕਰਮ ਨਿਰਮਲਤਾ ਲਿਆਉਂਦੇ ਹਨ ਨਿਰਮਲ ਮਨ ਨਾਮ ਨੂੰ ਚੰਗਾ ਅੰਗੀਕਾਰ ਕਰਦਾ ਹੈ ਤੇ ਨਾਮ ਅੰਦਰ ਵਸਿਆ ਨਾਮੀ ਨਾਲ ਨਿਰੰਤਰ ਮੇਲ ਹੋ ਜਾਂਦਾ ਹੈ ਹਾਂਜੀ ਸ਼ੁਭ ਕਰਮ ਫਲਾਂ ਦੀ ਵਾਸ਼ਨਾ ਨਾਲ ਕੀਤੇ ਹੋਏ ਇੱਕ ਕਰਮ ਹਨ ਜੋ ਮਾੜੇ ਕਰਮਾਂ ਤੋਂ ਚੰਗੇ ਹਨ ਨਿਸ਼ਕਾਮ ਕਰਮ ਨਿਰਮਲਤਾ ਲਿਆਉਂਦੇ ਹਨ ਨਿਰਮਲ ਮਨ ਨਾਮ ਨੂੰ ਚੰਗਾ ਅੰਗੀਕਾਰ ਕਰਦਾ ਹੈ ਤੇ ਨਾਮ ਅੰਦਰ ਵਸਿਆ ਨਾਮੀ ਨਾਲ ਨਿਰੰਤਰ ਮੇਲ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ